ਚੋਰਾਂ ਨੇ ਲੱਖਾਂ ਦੇ ਗਹਿਣੇ ਅਤੇ ਨਗਦੀ ਉੱਤੇ ਕੀਤੇ ਹੱਥ ਸਾਫ। ਬੀਤੀ ਰਾਤ ਜਨਾਲਾ ਸ਼ਹਿਰ ਵਿੱਚ ਸਥਿਤ ਇੱਕ ਘਰ ਵਿੱਚੋਂ ਚੋਰ 13 ਤੋਲੇ ਸੋਨੇ ਦੇ ਗਹਿਣੇ ਅਤੇ 1,90,000 ਰੁਪਏ ਦੀ ਨਗਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਮੁਖੀ ਨੇ ਦੱਸਿਆ ਕਿ ਉਹ ਬੀਤੀ ਰਾਤ ਕਿਸੇ ਧਾਰਮਿਕ ਸਮਾਗਮ ਤੇ ਗਏ ਹੋਏ ਸਨ, ਜਿਸ ਦੌਰਾਨ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਅਤੇ ਸਵੇਰੇ ਜਦੋਂ ਅਸੀਂ ਆਏ 6:30 ਵਜੇ ਆਉਂਦੇ ਉੱਥੇ ਬਾਹਰ ਲੋਕ ਲੱਗਾ ਸੀ, ਘਰ ਕੋਈ ਨਹੀਂ ਸੀ ਹੈਗਾ। ਅਤੇ ਆ ਕੇ ਵੇਖਿਆ ਤਾਂ ਇਨਵੈਟਰ ਵਗੈਰਾ ਬਾਹਰ ਕੱਢ ਕੇ ਰੱਖਿਆ ਸੀ, ਅੰਦਰ ਅਲਮਾਰੀਆਂ ਟੁੱਟੀਆਂ ਪਈਆਂ। ਅਲਮਾਰੀ 'ਚ ਵੇਖਿਆ ਸਾਡਾ ਕਿ 13 ਤੋਲੇ ਸੋਨਾ, 1,90,000 ਅਤੇ ਸਭ ਕੁਛ ਚੋਰੇ, ਇੱਕ ਮੋਬਾਈਲ ਵੀ ਲੈ ਗਏ, ਹੋਰ ਸਮਾਨ ਵਗੈਰਾ ਕੀਮਤੀ ਕਾਫੀ ਲੈ ਗਏ ਨੇ। ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਅਜਨਾਲਾ ਦੇ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੇ ਅਣਪਛਾਤੇ ਚੋਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜਨਾਲਾ ਤੋਂ ਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ। ਮਾਨੇ ਐਸਆਈ ਚੌਂਕ ਅਜਨਾਲਾ ਮੌਜੂਦ ਸੀ ਕਿ ਰਾਜਪਾਲ ਸਿੰਘ ਨੇ ਆ ਕੇ ਆਪਣਾ ਬਿਆਨ ਲਿਖਾਇਆ ਕਿ ਅਸੀਂ ਸਾਰੇ ਗੁਰਦੁਆਰਾ ਵਿਵੇਕਸਰ ਕਥਾ ਕੀਰਤਨ ਕਰਨ ਗਏ ਸੀ ਅਤੇ ਜਦ ਵਾਪਸ ਆਏ ਅਤੇ ਲੋਹਾ ਅਲਮਾਰੀਆਂ ਦੇ ਵਿੱਚੋਂ 13 ਤੋਲੇ ਸੋਨਾ, 1,95,000 ਰੁਪਈਆ ਨਗਦ ਅਤੇ ਹੋਰ ਸਮਾਨ ਜਿਹੜੇ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ ਆ। ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਜਾਰੀ ਹੈ।